ਇੱਕ ਪਾਸੇ ਚੋਣਾ ਦੂਜੇ ਪਾਸੇ ਕਿਸਾਨ ਅੰਦੋਲਨ ਤੇ ਤੀਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਈਡੀ ਦੀ ਹਿਰਾਸਤ ਦੇ ਵਿੱਚ ਨੇ ਰਵਿੰਦ ਕੇਜਰੀਵਾਲ ਕਹਿੰਦੇ ਆ ਕਿ ਸ਼ਰਾਬ ਦਾ ਕੋਈ ਘਟਾਲਾ ਹੋਇਆ ਕੀਦੇ ਕਹਿਣ ਤੇ ਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਜਿਹੜੇ ਛਰਜ ਦੇ ਅੰਦਰ ਰੈਡੀ ਹੈ ਸੁਨੀਲ ਜਾਖੜ ਨੇ ਐਲਾਨ ਕਰ ਦਿੱਤਾ ਹੈ ਕਿ ਸਾਡਾ ਕਿਸੇ ਨਾਲ ਕੋਈ ਗੱਠ ਜੋੜ ਨਹੀਂ ਹੋ ਰਿਹਾ ਅਸੀਂ ਇਕੱਲੇ ਹੀ ਚੋਂ ਲੜਨ ਜਾ ਰਹੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਫਿਰ ਬਿਆਨ ਦੇ ਦਿੱਤੇ ਕਿ ਅਸੀਂ ਵੀ ਇਕੱਲੇ ਹੀ ਲੜਾਂਗੇ 2 ਮਾਰਚ ਨੂੰ ਇਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਅਕਾਲੀ ਦਲ ਨੇ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਅਕਾਲੀ ਆਗੂਆਂ ਦਾ ਵਿਚਾਰ ਸੀ ਕਿ ਆਪਾਂ ਭਾਰਤੀ ਜਨਤਾ ਪਾਰਟੀ ਤੋਂ ਵੱਖਰੇ ਜਾਈਏ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਰੱਬ ਦੇੜੇ ਕਿ ਕਸੁੰਨ ਇਹਨਾਂ ਦਾ ਦੋ ਤਰ੍ਹਾਂ ਦਾ ਸਿਸਟਮ ਹੁੰਦਾ ਸੀ ਇੱਕ ਪੰਥ ਦੂਜਾ ਕਿਸਾਨੀ ਕਿਸਾਨੀ ਐਲਾਨ ਕਰ ਚੁੱਕੀ ਐ ਅਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਖੰਗੜ ਨਹੀਂ ਦੇਣਾ ਪਿੰਡਾਂ 'ਚ ਨਹੀਂ ਵੜਨ ਦੇਣਾ ਬੋਰਡ ਲਾ ਗਏ ਤੇ ਫਿਰ ਇਹ ਭਾਰਤੀ ਜਨਤਾ ਪਾਰਟੀ 'ਚ ਜਾਣ ਤੇ ਕਿਹੜੇ ਮੂੰਹ ਨਾਲ ਜਾਂ ਬੀਤਵਾਰ ਭਾਜਪਾ ਨੇ ਐਲਾਨ ਦਿੱਤੇ ਨੇ ਪਰ ਸਵਾਲੇ ਖੜੇ ਹੋ ਗਏ ਨੇ ਕਿ ਭਾਜਪਾ ਕੋਲ ਆਪਣੇ ਉਮੀਦਵਾਰ ਨਹੀਂ ਸੀ ਉਧਾਰੇ ਲੈ ਕੇ ਐਲਾਨੇ ਨੇ ਆਮ ਆਦਮੀ ਪਾਰਟੀ ਦਾ ਮੈਂ ਇੱਕ ਕਿਸਮ ਦਾ ਇਹ ਕਹਿ ਸਕਦਾ ਕਿ ਬਹੁਤ ਵੱਡਾ ਤੋਖਾਤ ਹੈ ਜਿਹੜੀ ਪਾਰਟੀ ਪੰਜਾਬ ਦੇ ਤਿੰਨ ਪ੍ਰਮੁੱਖ ਪਾਰਟੀਆਂ ਨੂੰ ਰੱਦ ਕਰਕੇ ਆਈ ਜੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਉਹਨਾਂ ਦੇ ਕੋਲ 2 ਸਾਲ ਦੇ ਵਿੱਚ 14 ਬੰਦੇ ਨਹੀਂ ਲੱਭ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਬਜਟ ਪਾਸ ਕੀਤਾ ਇਸ ਬਜਟ ਦੇ ਵਿੱਚ ਪਿਛਲੇ ਸਾਲ ਨਾਲੋਂ ਵਾਧਾ ਵੀ ਹੋਇਆ ਹੈ ਕਈ ਤਰ੍ਹਾਂ ਦੀਆਂ ਰਾਹਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਹ ਕਾਫੀ ਜਿਹੜਾ ਫੀਸ ਦੀ ਬਜਟ ਆ ਉਹ ਇਹਦੇ ਉੱਤੇ ਵੀ ਕੇਂਦਰਿਤ ਆ ਕਿ ਤਨਖਾਹਾਂ ਵੀ ਦੇਣੀਆਂ ਨੇ ਮੁਲਾਜ਼ਮਾਂ ਨੂੰ। 1460 ਕਰੋੜ ਦਾ ਬਜਟ ਇਹਨਾਂ ਨੇ ਪੇਸ਼ ਕੀਤਾ। ਜਿਹੜਾ ਪਿਛਲੇ ਸਾਲ ਨਾਲੋਂ ਵੱਧ ਆ ਉਹਦਾ ਫਰਕ ਇਹ ਵੀ ਪੈਂਦਾ ਕਿਉਂਕਿ ਗੁਰੂ ਘਰਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਸੰਗਤ ਤੇ ਬੜਾ ਨਿਰਭਰ ਕਰਦਾ ਕਿ ਸੰਗਤ ਕਿੰਨੀ ਹੁੰਦੀ ਹੈ। ਜਿੰਨੀ ਸੰਗਤ ਵੱਧ ਆਊਗੀ, ਉਨਾ ਚੜਾਵਾ ਉਹ ਵੱਧ ਆ। NIA ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਵਾਰੀ ਕੀਤੀ ਗਈ ਕਈ ਤਰ੍ਹਾਂ ਦੇ ਦਸਤਾਵੇਜ਼ ਜਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਜੀਡੀ ਨੇ ਉਹਨਾਂ ਅਧਿਕਾਰੀਆਂ ਦੇ ਘਰਾਂ ਦੇ ਵਿੱਚ ਵੀ ਛਾਪਾ ਮਾਰਿਆ ਜਿਨ੍ਹਾਂ ਦਾ ਕਥਿਤ ਤੌਰ ਤੇ ਅਮਰੂਦ ਘਟਾਲੇ ਨਾਲ ਨਾਮ ਜੁੜਦੇ ਨੇ। ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਕਾਫੀ ਭਗਿਆ ਹੋਇਆ ਤੇ ਕਈ ਤਰ੍ਹਾਂ ਤੈਨੂੰ ਚੋਣ ਮੁੱਦਾ ਵੀ ਬਣਾ ਰਹੀਆਂ ਨੇ। ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਸਖਤਰ ਅਨੁਰਾਗ ਪਰਮਾ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਜაძਲ ਸਾਬ ਤੋਂ ਰਿਪੋਰਟ ਮੰਗੀ ਹੈ ਜੀ ਕਿ ਸਾਨੂੰ ਇਹਦੀ ਸਾਰੀ ਡਿਟੇਲ ਦੇ ਵਿੱਚ ਦੱਸਿਆ ਜਾਵੇ ਜਨਮ ਮੰਤਰੀ ਭਗਵੰਤ ਮਾਨ ਹੁਰਾ ਦੇ ਘਰ ਬੇਟੀ ਨੇ ਜਨਮ ਲਿਆ ਡਾਕਟਰ ਗੁਰਪ੍ਰੀਤ ਕੌਰ ਹੁਰਾ ਨੇ ਉਸ ਬੇਟੀ ਨੂੰ ਜਨਮ ਦਿੱਤਾ ਹੈ ਤਾਂ ਕਾਫੀ ਖੁਸ਼ ਨਜ਼ਰ ਆਏ ਵਧਾਈਆਂ ਦੇਣ ਦਾ سلسلہ ਵੀ ਚੱਲਦਾ ਰਿਹਾ ਕੇਜਰੀਵਾਲ ਸਾਹਿਬ ਨੇ ਏਡੀ ਦੀ ਹਿਰਾਸਤ ਦੇ ਵਿੱਚੋਂ ਵੀ ਵਧਾਈ ਦਾ ਸੰਦੇਸ਼ ਭੇਜ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਇਹ ਗੱਲ ਹੈ ਜਿਉਂ ਨੇ ਇਹ ਪਰਤ ਪਾਈ ਹੈ ਇੱਕ ਪਰਤ ਹੋਰ ਪਾ ਦਿੰਦੇ ਜਿਹੜੇ ਜ਼ਿਲ੍ਹਾ ਪੱਤਰੀ ਤੇ ਆਪਣੇ ਹਸਪਤਾਲ ਬਣਾਏ ਨੇ ਭੱਲਾ ਕਲੀਨਿਕ ਤੇ ਜਾਂ ਦੂਜੇ ਜਿਹੜੇ ਨੇ ਛੱਡੀਗੜ ਦੇ ਵਿੱਚ ਵੀ ਪੱਤੀ ਚ ਸਰਟੀਫਿਕੇਟ ਹਸਪਤਾਲ ਉਸ ਕਿਸਮ ਦਾ ਹੈ ਜਿਹੜਾ ਪੱਦਰ ਦੇ ਉੱਤੇ ਵੀ ਹੈ ਜੇ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਤਾਂ ਦੂਜੇ ਲੋਕ ਵੀ ਇਹ ਕਹਿੰਦੇ ਕਿ ਯਾਰ ਸਾਡੇ ਸਿਹਤ ਕੇਂਦਰ ਕਾਫੀ ਵਧੀਆ ਪੈਦਾ ਹੋ ਗਏ ਨੇ ਔਲਾ ਮਹੱਲਾ ਸ਼ਰਦਾ ਉਸਤਾ ਦੇ ਨਾਲ ਬਣਾਇਆ ਗਿਆ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਐਤਾ ਇੱਕ ਦੂਜੇ ਨਾਲ ਖੁਸ਼ੀਆਂ ਵੰਡਾਉਣ ਦਾ ਪਰ ਕਈ ਇਸ ਪਿਆਰ ਦੇ ਉੱਤੇ ਬੜੀਆਂ ਬੁਲੜਵਾਜੀਆਂ ਨਸ਼ੇ ਦਾ ਸੇਵਨ ਇਹ ਸਾਰਾ ਕੁਝ ਕਰਦੇ ਆ ਸ਼ਾਇਦ ਜਦੋਂ ਇਹ ਸ਼ੁਰੂ ਹੋਈ ਸੀ ਉਹ ਨੂੰ ਇਹ ਨਾ ਹੋਵੇ ਹੂੰ ਤੇ ਗੁਰੂ ਸਾਹਿਬ ਨੇ ਫਿਰ ਕਿਹਾ ਸੀ ਕਿ ਔਰਨ ਕੀ ਹੋਲੀ ਮਮ ਓੜਾ ਸਤਿ ਸ਼੍ਰੀ ਅਕਾਲ ਸੜਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤਾ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣਾ ਹੈ ਕਿ ਹਫ਼ਤੇ ਦੇ ਦੌਰਾਨ ਸਾਡੇ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਵਿਦੇਸ਼ ਦੇ ਵਿੱਚ ਵਿਦੇਸ਼ ਦੀ ਰਾਜਨੀਤੀ ਦੇ ਵਿੱਚ ਤੇ ਸਾਡੇ ਆਲੇ ਦੁਆਲੇ ਕੀ ਕੁਝ ਵਾਪਰ ਗਿਆ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਬਰਾਂ ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਪਟਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਦੇਸ਼ ਦੇ ਹਾਲਾਤ ਬਣੇ ਹੋਏ ਨੇ ਇੱਕ ਪਾਸੇ ਚੂਣਾ ਦੂਜੇ ਪਾਸੇ ਕਿਸਾਨ ਅੰਦੋਲਨ ਤੇ ਤੀਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਈਡੀ ਦੀ ਹਿਰਾਸਤ ਦੇ ਵਿੱਚ ਨੇ ਰਵਿੰਦ ਕੇਜਰੀਵਾਲ ਮੁੜ ਉਹਨਾਂ ਨੂੰ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਇੱਕ ਵਾਰ ਪੇਸ਼ੀ ਹੋ ਗਈ ਸੀ ਪਰ ਕੁੱਲ ਮਿਲਾ ਕੇ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਇੰਡੀਆ ਗੱਠ ਜੋੜ ਵੀ ਇਕਜੁੱਟ ਹੋ ਗਿਆ ਇਸ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਦੇਖੋ ਰਵਿੰਦ ਕੇਜਰੀਵਾਲ ਨੂੰ ਇੱਕ ਸਮਾਨਰਧਾਰਤ ਕੀਤਾ ਗਿਆ ਇੱਕ ਪਾਸੇ ਜਦੋਂ ਚੌਣ ਬਾੰਡ ਜਿਦੇ ਵਿੱਚ ਖੁਦ ਭਾਰਤੀ ਜਨਤਾ ਪਾਰਟੀ ਘਿਰਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਹਰਾਸਤ ਕਹਿੰਦੇ ਆ ਕਿ ਸ਼ਰਾਬ ਦਾ ਕੋਈ ਘਟਾਲਾ ਹੋਇਆ ਕਿਹਦੇ ਕਹਿਣ ਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਜਿਹੜਾ ਸ਼ਰਤ ਚ ਅੰਦਰ ਰੈਡੀ ਹੈ ਔਰ ਉਹ ਤੋਂ 55 ਕਰੋੜ ਦੇ ਕਰੀਬ ਦੋਸ਼ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੇ ਵੰਡ ਲਏ ਨੇ ਹਮ ਸ਼ਰਾਬ ਦਾ ਕਾਰੋਬਾਰੀ ਹੈ ਉਹਦੇ ਵਿੱਚ ਅਰਵਿਤ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਛੇਦਰਾਬਾਦ ED ਨੇ ਪੇਸ਼ ਕੀਤਾ ਤੇ ਦੁਬਾਰਾ ਕੱਲ ਤੱਕ 1 ਤਰੀਕ ਤੱਕ ਉਹ ED ਦੀ ਹਿਰਾਸਤ ਵਿੱਚ ਰਹਿਣਗੇ 6 ਤੇ 4 10 ਦਿਨ ਹੋ ਗਏ ਨੇ ਇੱਕ ਕੇਸ ਦੇ ਵਿੱਚ ਅਦਾਲਤ 14 ਦਿਨ ਦਾ ਰਿਮਾਂਡ ਦੇ ਸਕਦੀ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਜਿਵੇਂ ਇਹ ਰਿਮਾਂਡ ਖਤਮ ਹੋਵੇਗਾ ਦੂਜੀ ਏਜੰਸੀ ਸੀਬੀਆਈ ਖੜੀ ਹੈ ਤਿਆਰ ਜੀ ਚਰਚਾਵਾਂ ਇੱਥੋਂ ਤੱਕ ਵੀ ਨੇ ਕਿ ਜਿਹੜਾ ਬਿਆਨ ਉਹ ਵਿਦੇਸ਼ਾਂ 'ਚ ਬੈਠਾ ਇੱਕ ਪੰਨੂਨਾ ਦਾ ਬੰਦਾ ਹੈ ਉਹਦੇ ਮਾਮਲੇ ਦੇ ਵਿੱਚ ਵੀ ਘੇਰਨ ਦਾ ਯਤਨ ਕੀਤਾ ਜਾ ਰਿਹਾ ਹੈ ਇਹ ਇਹਦਾ ਹੋਵੇ ਕਿ ਇਹਨਾਂ ਨੂੰ ਦੇਸ਼ਦਰੋ ਅਧੀਨ ਗ੍ਰਿਫਤਾਰ ਕਰ ਲਿਆ ਜਾਵੇ ਫਿਰ ਤਾਂ ਜਵਾਨਤ ਵੀ ਨਹੀਂ ਛੇਤੀ ਛੇਤੀ ਹੋਣੀ ਜਵਾਨਤ ਤਾਂ ਵੈਸੇ ਬਣੀ ਲੌਂਡਰਿੰਗ ਦੇ ਵਿੱਚ ਵੀ ਛੇਤੀ ਛੇਤੀ ਨਹੀਂ ਹੁੰਦੀ ਕਾਨੂੰਨ ਇਸ ਕਿਸਮ ਦਾ ਬਣਾਇਆ ਆਮ ਸਿਆਸੀ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਸਾਰਾ ਕੁਝ ਦੂਜੀਆਂ ਪਾਰਟੀਆਂ ਨੂੰ ਕਿ ਸਿਟਿਆ ਜਾ ਰਿਹਾ ਹੈ ਤੇ ਜਦੋਂ ਅੰਨਾ ਮੂਵਮੈਂਟ ਚਲਾਈ ਸੀ ਅੰਨਾ ਹਜ਼ਾਰੇ ਦਾ ਅੰਦੋਲਨ ਜਿਹਨੂੰ ਕਿਹਾ ਜਾਂਦਾ ਹੈ ਉਦੋਂ ਤੋਂ ਲੈ ਕੇ ਇਹਨਾਂ ਨੇ ਬਹੁਤ ਨਾਂ ਲਏ ਸੀ ਕਿ ਕਾਂਗਰਸੀ ਫਲਾਨਾ 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 ਇਹ ਸਾਰੇ ਭ੍ਰਿਸ਼ਟਾਚਾਰੀ ਨੇ ਤੇ ਉਹ ਕਹਿੰਦੇ ਵੀ ਦੱਸੋ ਤਾਂ ਸਹੀ 9.5 ਸਾਲਾਂ ਦੇ ਵਿੱਚ ਤੁਸੀਂ ਕਿੰਨਿਆਂ ਤੇ ਕਾਰਵਾਈ ਕੀਤੀ ਹੈ ਸੋ ਉਹ ਕਹਿੰਦੇ ਆ ਕਿ ਇਹ ਕਿੰਗਪਿੰਨ ਹੈ ਉਹ ਕਹਿੰਦੇ ਨੇ ਕਿ ਇਹ ਪਾਕ ਪਵਿੱਤਰ ਹੈ ਉਹ ਦੇਖਦੇ ਆ ਕਿ ਕੱਲ ਜਦੋਂ ਅਰਵਿਧ ਕੇਜਰੀਵਾਲ ਨੂੰ ਇਸ ਕੇਸ ਦੇ ਵਿੱਚ ਬੁਢਤੋ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਕਿਹੜਾ ਕਿਹੜਾ ਪੱਖ ਈੜੀ ਰੱਖਦੀ ਹੈ ਤੇ ਜਿਹੜੇ ਇਹਨਾਂ ਦਾ ਸਫਾਈ ਧਿਰ ਹੈ ਉਹ ਕਿਹੜਾ ਜਿਹੜਾ ਹੈਗਾ ਆਪਣਾ ਪੱਖ ਰੱਖੇਗਾ ਸਮਾਂ ਦੱਸੇਗਾ ਜੀ ਤੇ ਜਿਸ ਤਰ੍ਹਾਂ ਦੇ ਨਾਲ ਢੱਲੂ ਸਾਹਿਬ ਦਲ ਬਦਲੀਆਂ ਦਾ سلسلہ جاری ਹੈ ਇੱਕ ਲੀਡਰ ਦੂਜੀ ਪਾਰਟੀ ਜਾ ਰਿਹਾ ਦੂਜਾ ਵਾਪਸ ਆ ਰਿਹਾ ਹੈ ਘਰ ਵਾਪਸੀਆਂ ਹੋ ਰਹੀਆਂ ਨੇ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਤੇ ਇਹ ਸਭ ਦੇ ਚੱਲਦੇ ਆ ਇੱਕ ਚਰਚਾਵਾਂ ਇਹ ਸਨ ਕਿ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਿੱਚੋ ਵਿੱਚ ਲੀਡਰ ਬਿਆਨ ਵੀ ਦਿੰਦੇ ਰਹੇ ਪਰ ਕਿਆ ਸਰਾਈਆਂ ਹੀ ਰਹਿ ਗਈਆਂ ਜਦੋਂ ਸੁਨੀਲ ਜਾਖੜ ਨੇ ਐਲਾਨ ਕਰ ਦਿੱਤਾ ਕਿ ਸਾਡਾ ਕਿਸੇ ਨਾਲ ਕੋਈ ਗੱਠਜੋੜ ਨਹੀਂ ਹੋ ਰਿਹਾ ਅਸੀਂ ਇਕੱਲੇ ਹੀ ਚੋਂ ਲੜਨ ਜਾ ਰਹੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਫਿਰ ਬਿਆਨ ਦੇ ਦਿੱਤੇ ਕਿ ਅਸੀਂ ਵੀ ਇਕੱਲੇ ਹੀ ਲੜਾਂਗੇ ਯਾਨੀ ਕਿ ਦੁਬਾਰਾ ਫਿਰ ਉਹੀ ਬਣਦੀ ਬਣਦੀ ਗੱਲ ਵਿਗੜ ਗਈ ਪਹਿਲਾਂ ਤੋੜ ਵਿਛੋੜਾ ਹੋਇਆ ਸੀ ਤੇ ਹੁਣ ਉਹਦੇ ਉੱਤੇ ਪੱਕੀ ਮੋਹਰ ਲੱਗ ਗਈ ਦੇਖੋ ਜਦੋਂ 22 ਮਾਰਚ ਨੂੰ ਇਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਅਕਾਲੀ ਦਲ ਨੇ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਅਕਾਲੀ ਆਗੂਆਂ ਦਾ ਵਿਚਾਰ ਸੀ ਕਿ ਆਪਾਂ ਭਾਰਤੀ ਜਨਤਾ ਪਾਰਟੀ ਤੋਂ ਵੱਖਰੇ ਜਾਈਏ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਰੱਬ ਨੇੜੇ ਇੱਕ ਕਸਨ ਇਹਨਾਂ ਦਾ ਦੋ ਤਰ੍ਹਾਂ ਦਾ ਸਿਸਟਮ ਹੁੰਦਾ ਸੀ ਇੱਕ ਪੰਥ ਦੂਜਾ ਕਿਸਾਨੀ ਕਿਸਾਨੀ ਐਲਾਨ ਕਰ ਚੁੱਕੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਖੰਗੜ ਨਹੀਂ ਦੇਣਾ ਪਿੰਡਾਂ 'ਚ ਨਹੀਂ ਵੜਨ ਦੇਣਾ ਬੋਰਡ ਲਾ ਗੇ ਤੇ ਫਿਰ ਇਹ ਭਾਰਤੀ ਜਨਤਾ ਪਾਰਟੀ 'ਚ ਜਾਣ ਤੇ ਕਿਹੜੇ ਮੂੰਹ ਨਾਲ ਜਾ ਇੱਕ ਕੁਝ ਮੰਗਾ ਨੇ ਭਾਈ ਬਲਵੰਤ ਸਿੰਘ ਰਾਜੋਵਾਲ ਵਾਲੇ ਮਾਮਲੇ 'ਚ ਇੱਕ ਕਮੇਟੀ ਬਣੀ ਜਿਹਦੇ ਵਿੱਚ ਬਹੁਤ ਸਾਰੇ ਲੋਕ ਇੱਕ ਵੱਡੀ ਅਖਬਾਰ ਦਾ ਐਡੀਟਰ ਵੀ ਤੇ ਕੇਂਦਰ ਸਰਕਾਰ ਵਾਲਿਆਂ ਨੇ ਟੱਚ ਜਾਣੇ ਕਿਸੇ ਨੇ ਗੱਲ ਕਰਨ ਦਾ ਟਾਈਮ ਹੀ ਨਹੀਂ ਦਿੱਤਾ ਸੁਣਵਣੀ ਕਮੇਟੀ ਮੁੱਖ ਮੰਤਰੀ ਤੋਂ ਟਾਈਮ ਮੰਗੀ ਜਾਂਦੀ ਹੈ ਇੱਕ ਕੰਨ 'ਚੋਂ ਪਾ ਕੇ ਦੂਜੇ 'ਚ ਕੱਢ ਦਿੰਦੇ ਆ ਜਿਹੜੀਆਂ ਮੰਗਾਂ ਸਨ ਬੰਦੀ ਸਿੰਘਾਂ ਵਾਲੀਆਂ ਉਹ ਤਾਂ ਕੋਈ ਹੱਲ ਨਾ ਹੋਈਆਂ ਜਿਹੜੀਆਂ ਕਿਸਾਨਾਂ ਨਾਲ ਸਹਿਮਤੀ ਬਣੀ ਸੀ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਉਹ ਵੀ ਲਾਗੂ ਨਹੀਂ ਹੋਈਆਂ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਜਾਵੇ ਕਿਹੜੇ ਉਧਰੋਂ ਕਿਸਾਨਾਂ ਨੇ ਵਿਰੋਧ ਕਰਨ ਦਾ ਐਲਾਨ ਕਰਤਾ ਫੇਰ ਅਖੀਰ ਜਦੋਂ ਇਹਨਾਂ ਨੇ ਬਾਵਾ ਜ਼ੋਰ ਲਾਇਆ ਕਿ ਸਾਡੀ ਕੋਈ ਮੰਗ ਤਾਂ ਮੰਨੋ ਅਸੀਂ ਕਿਸੇ ਤਰੀਕੇ ਨਾਲ ਲੋਕਾਂ 'ਚ ਜਾਵਾਂਗੇ ਇਸ ਤਰੀਕੇ ਨਾਲ ਤਾਂ ਕਿਸੇ ਨੇ ਮੂੰਹ ਹੀ ਨਹੀਂ ਲਾਉਣਾ ਅਜੇਹੇ ਦੇ ਵਿੱਚ ਫਿਰ ਦੋਨਾਂ ਨੇ ਅੱਡਾ ਡੋਕੇ ਤੇ ਸਭ ਤੋਂ ਵੱਡਾ ਜਿਹੜੇ ਅਕਾਲੀਆਂ ਦੇ ਖਾਸਮ ਖਾਸਾ ਕੁ ਸੀ ਭਾਵੇਂ ਉਹ ਮਰਜਦਰ ਸਰਸਾ ਹੋਵੇ ਜਾਂ ਕੋਈ ਹੋਰ ਜੇ ਇਕੱਠੇ ਹੋ ਕੇ ਤੁਰਦੇ ਸੀ ਤਾਂ ਉਹਨਾਂ ਦੀ ਤੌਰ ਖੁੱਸਦੀ ਸੀ ਉਸ ਤੋਂ ਬਾਅਦ ਸ਼ਰੂਨੀ ਅਕਾਲੀ ਦਲ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਕਹਿਤਾ ਭਾਈ ਇਸ ਦਾ ਚੋਣ ਇਕੱਲੇ ਲੜਾਂਗੇ ਭਾਰਤੀ ਜਨਤਾ ਪਾਰਟੀ ਦੋ ਚੋਣਾਂ ਦੇ ਅੰਕੜੇ ਵੀ ਲਈ ਬੈਠੀ ਹੈ। ਸੰਗਰੂਰ ਦੀ ਉਪ ਚੋਣ ਹੋਈ। ਅਕਾਲੀ ਦਲ ਤੋਂ ਜਿਨ੍ਹਾਂ ਨੂੰ 43000 ਵੋਟ ਪਈ ਨੌ ਹਲਕਿਆਂ ਦੇ ਵਿੱਚ 9545 ਤੇ ਭਾਰਤੀ ਜਨਤਾ ਪਾਰਟੀ ਉੱਥੇ 65000 ਦੇ ਕਰੀਬ ਵੋਟਾਂ ਲੈ ਗਈ। ਜਲੰਧਰ ਉਪ ਚੋਣ ਹੋਈ। ਜਲੰਧਰ ਦੇ ਵਿੱਚੋਂ ਦੋ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਜਿੱਤੀ ਐ ਉਹਨਾਂ ਨੇ ਸੋਚਿਆ ਕਿ ਸਾਡਾ ਤਾਂ ਵੋਟ ਬੈਂਕ ਇਹਨਾਂ ਤੋਂ ਵੱਡਾ ਹੈ ਉਹਨਾਂ ਨੇ ਐਲਾਨ ਕਰਤਾ ਤੇ ਫਿਰ ਹੁਣ ਅਕਾਲੀ ਦਲ ਨੂੰ ਕਹਿਣਾ ਪਿਆ ਅਸੀਂ ਇਕੱਲੇ ਤੌਰ ਤੇ ਲੜਾਂਗੇ ਭਾਰਤੀ ਜਨਤਾ ਪਾਰਟੀ ਤਾਂ ਇਥੋਂ ਵੀ ਅੱਗੇ ਨਿਕਲ ਗਈ ਉਹਨਾਂ ਨੇ ਅੱਧੇ ਦੇ ਲਗਭਗ ਆਪਣੇ ਉਮੀਦਵਾਰ ਵੀ ਐਲਾਨਤੇ ਜੀ ਬਿਲਕੁਲ ਹਰਟਲ ਸਾਹਿਬ ਉਮੀਦਵਾਰ ਭਾਜਪਾ ਨੇ ਐਲਾਨ ਦਿੱਤੇ ਨੇ ਪਰ ਸਵਾਲੇ ਖੜੇ ਹੋ ਗਏ ਨੇ ਕਿ ਭਾਜਪਾ ਕੋਲ ਆਪਣੇ ਉਮੀਦਵਾਰ ਨਹੀਂ ਸੀ ਉਧਾਰੇ ਲੈ ਕੇ ਐਲਾਨੇ ਨੇ ਜਿਸ ਤਰ੍ਹਾਂ ਦੇ ਨਾਲ ਸੁਸ਼ੀਲ ਰਿੰਕੂ ਨੂੰ ਆਵਾਦਮੀ ਪਾਰਟੀ ਨੇ ਜਲੰਧਰ ਤੋਂ ਦੁਬਾਰਾ ਟਿਕਟ ਦਿੱਤੀ ਮੌਜੂਦਾ ਵੀ ਉਹ ਐਮਪੀ ਨੇ ਆਵਾਦਮੀ ਪਾਰਟੀ ਦੀ ਐਮਪੀ ਨੇ ਪਹਿਲਾਂ ਉਹ ਪੱਲਾ ਛੱਡ ਗਏ ਕਿ ਮੈਂ ਤਾਂ ਕਿਤੇ ਨਹੀਂ ਜਾ ਰਿਹਾ ਅਫਵਾਹਾਂ ਨੇ ਪਰ ਸ਼ੀਤਲੰਗਰਾਲ ਤੇ ਉਹ ਦੋਵੇਂ ਜਾ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਭਾਜਪਾ ਨੇ ਦੁਬਾਰਾ ਫੇਰ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਨੂੰ ਹੁਣ ਜਲੰਧਰ ਵਾਸਤੇ ਆਪਣਾ ਉਮੀਦਵਾਰ ਹੋਰ ਲੱਭਣਾ ਪਵੇਗਾ। ਆਮ ਆਦਮੀ ਪਾਰਟੀ ਦਾ ਮੈਂ ਇੱਕ ਕਿਸਮ ਦਾ ਇਹ ਕਹਿ ਸਕਦਾ ਕਿ ਬਹੁਤ ਵੱਡਾ ਦੁਖਾਂਤ ਹੈ। ਹੂੰ ਜਿਹੜੀ ਪਾਰਟੀ ਪੰਜਾਬ ਦੀਆਂ ਤਿੰਨ ਪ੍ਰਮੁੱਖ ਪਾਰਟੀਆਂ ਨੂੰ ਰੱਦ ਕਰਕੇ ਆਈ ਜੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਉਨਾ ਦੇ ਕੋਲ 2 ਸਾਲ ਦੇ ਵਿੱਚ 14 ਬੰਦੇ ਨਹੀਂ ਲੱਭ ਸਕੇ ਲੱਭਣ ਤਾਂ ਤਾਂ ਜੇ ਕਾਟਰ ਹੋਵੇ ਹੂੰ ਕਾਟਰ ਤਾਂ ਕੋਈ ਹੈ ਨਹੀਂ ਲੋਕਾਂ ਨੇ ਤਿੰਨ ਪਾਰਟੀਆਂ ਨੂੰ ਰਿਜੈਕਟ ਕਰਕੇ ਰੱਦ ਕਰਕੇ ਇਹਨਾਂ ਨੂੰ ਸਿਲੈਕਟ ਕੀਤਾ ਇਹ ਤਾਂ ਕਾਟਰਲੈਸ ਹੋ ਕੇ ਤੁਰ ਪਏ ਜੇ 12 14 ਬੰਦੇ ਤੁਸੀਂ 100 ਬੰਦਿਆਂ ਦੀ ਫੌਜ ਬਣਾਉਂਦੇ 13 ਹਲਕੇ ਨੇ 7-7 ਬੰਦੇ ਵੀ ਕਲਕੇ ਚੁੰਦੇ 5-5 ਵੀ ਹੁੰਦੇ ਉਹਨਾਂ ਚੋਂ 13 ਬੀੜ ਵਰ ਚੁੰਨੇ ਕੀ ਔਖੇ ਆ ਉਹਨਾਂ ਦੇ ਵਿੱਚੋਂ ਘਟੋ ਘਟੋ ਥੋੜੀ ਪਾਰਟੀ ਦੇ ਆਗੂ ਤਾਂ ਹੁੰਦੇ ਹੁਣ ਤੁਸੀਂ ਉਦਾਹਰੇ ਲਾਏ ਪਹਿਲਾ ਤੁਹਾਡੇ ਕੋਲੇ ਆਏ ਉਹ ਦੁੱਧ ਧੁੱਤੇ ਤੁਹਾਡੇ ਮਤਲਬ ਬਣ ਕੇ ਕਾਂਗਰਸ ਵਿੱਚੋਂ ਦੋਸ਼ੀ ਸਨ ਤੁਹਾਡੇ ਕੋਲ ਵੱਡੀ ਮਸ਼ੀਨ ਲੱਗੀ ਆਰਤੀਜਨਤਾ ਪਾਰਟੀ ਦੀ ਉਹ ਕਹਿੰਦੇ ਜਿਹੜਾ ਇੱਕ ਵਾਰੀ ਸਾਡੇ ਮਸ਼ੀਨ ਵਿੱਚ ਦੀ ਲੰਘ ਗਿਆ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਦੋਸ਼ ਹੀ ਨਹੀਂ ਰਹਿੰਦਾ ਸੋ ਅੱਜ ਦੇ ਜਵਾਨੇ ਦੇ ਵਿੱਚ ਇਹਨਾਂ ਪਾਰਟੀਆਂ ਨੂੰ ਆਪਣੇ ਕੋਲੇ ਵੀਦਵਾਰੀ ਨਹੀਂ ਹੂੰ ਜਿਹੜੇ ਬੰਦਿਆਂ ਕੋਲੇ ਆਪਣੀ ਵੀਦਵਾਰੀ ਲੜਨਾ ਕੀ ਸੁਹਾਇਆ ਉਹਨਾਂ ਨੇ ਸੋ ਇਹ ਸਾਰੇ ਆਗੂ ਆ ਜਿਹੜੇ ਉਹ ਦੂਜੇ ਪਾਸੇ ਹੁਣ ਜਿਹੜੇ 6 ਐਲਾਨੇ ਆ ਉਹਨਾਂ ਦੇ ਵਿੱਚੋਂ ਤਿੰਨ ਹਮ ਬੀਬੀ ਪ੍ਰਨੀਤ ਕੌਰ ਸ਼ਸ਼ੀਲ ਰਿੰਕੂ ਤੇ ਤੀਸਰਾ ਜਿਹੜਾ ਇਹਨਾਂ ਦਾ ਹੈਗਾ ਰਵਨੀਤ ਬਿੱਟੂ ਹਮ ਉਹ ਤਿੰਨੇ ਦੇ ਤਿੰਨੇ ਤਾਂ ਕਾਂਗਰਸ ਦੇ ਐ ਜੀ ਅਜੇ ਸੱਤ ਹੋਰ ਲਾਣੇ ਜਾਣੇ ਆ ਹਮ ਅੱਠਵੀਂ ਚੰਡੀਗੜ੍ਹ ਹਮ ਉਹਦੇ ਵਿੱਚ ਦੇਖਦੇ ਆ ਕਿ ਕਿਹੜੀ ਪਾਰਟੀ ਚੋਂ ਲੈ ਕੇ ਆਉਂਦੇ ਨੇ ਹਮ ਸੋ ਇਸ ਵੇਲੇ ਸਥਿਤੀ ਅਜੀਬ ਕਸਬ ਦੀ ਹੈ ਇਸ ਪਾਰਟੀ ਦੇ ਜੇ ਆਪਣੇ ਆਪ ਨੂੰ ਕਾਇਮ ਰੱਖਣਾ ਹੈ ਤਾਂ ਇਹਨਾਂ ਨੂੰ ਪਹਿਲਾਂ ਕਾਡਰ ਬਣਾਉਣਾ ਪਵੇਗਾ। ਹੇਠਲੇ ਪੱਧਰ ਤੋਂ ਵਰਕਰ ਲਿਆ ਕੇ ਵਰਕਰ ਤਾਂ ਵਿਚਾਰੇ ਸਰਬ ਜਿਵੇਂ ਰਾਮੂ ਵਾਲੀਆ ਕਹਿੰਦਾ ਹੁੰਦਾ ਸੀ ਅਕਾਲੀਆਂ ਵੇਲੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਈ ਬਾਜ਼ਾਰ ਵਿੱਚੋਂ ਘੋਗੇ, ਕੁਰਸੀਆਂ ਲੈ ਕੇ ਬਾਦਲ ਤੇ ਬਾਦਲ ਦੇ ਰਿਸ਼ਤੇਦਾਰ ਵਰਕਰ ਰਹੇਗੇ ਜਿਕਾਰਿਆਂ ਜੋਗੇ। ਵਰਕਰ ਤਾਂ ਬਰ ਕੇਜਰੀਵਾਲ ਦੇ ਤੇ ਭਗਵੰਤਮਾਨ ਦੇ ਇੱਕ ਵਾਰੀ ਕੇਜਰੀਵਾਲ ਇੱਕ ਵਕਾ ਭਗਵੰਤਮਾਨ ਨੂੰ ਉਹਦੇ ਜੋਗੀ ਰਹੇਗੇ। ਜੀ। ਸੋ ਇਹਨਾਂ ਨੇ ਜੇ ਚਲਾਉਣਾ ਹੈ ਲੋਕਾਂ ਦੇ ਵਿੱਚ ਕਾਮਚਰਚਾ ਕਿ ਇਹ ਗੈਰ ਤਜਰਬੇਕਾਰ ਪਾਰਟੀ ਹੈ ਔਰ ਦਿੱਲੀ ਦੇ ਵਿੱਚ ਉਹ ਜਿਹੜੇ ਆਈਟੀ ਪੜੇ ਹੋਏ ਨੇ ਉਹ ਚਲਾ ਰਹੇ ਨੇ ਮੈਨੂੰ ਯਾਦ ਹੈ ਮੁਖੀ ਹੁੰਦੇ ਸੀਗੇ ਪੱਤਰਕਾਰੀ ਵਿਭਾਗ ਦੇ ਸਰਦਾਰ ਗੁਲਜਰ ਸਿੰਘ ਸੰਧੂ ਉਹ ਅਕਸਰ ਕਿਹਾ ਕਰਦੇ ਸੀ ਵੀ ਪੱਤਰਕਾਰੀ ਜੇ ਸਿੱਖਣੀ ਆ ਤਾਂ ਫੀਲਡ ਵਾਲਿਆਂ ਤੋਂ ਸਿੱਖੋ ਜਾ ਕੇ ਇੱਥੇ ਤਾਂ ਕਿਤਾਬੀ ਹੈ ਉਹ ਚੀਜ਼ ਕਿਤਾਬਾਂ ਤੱਕ ਸੀਮਤ ਹੈ ਅਸਲ ਕੀ ਹੈ ਕਿਹੜੀ ਖਬਰ ਨੂੰ ਕਿਵੇਂ ਤਰਜੀਹ ਦੇਣੀ ਹੈ ਤੇ ਕਿਹੜੇ ਐਂਗਲ ਤੋਂ ਲਿਖਣੀ ਹੈ ਉਹ ਜਾ ਕੇ ਦੇਖੋ ਚੰਗੇ ਪੱਤਰਕਾਰ ਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਆਪ ਦੀ ਖਬਰ ਦੇ ਨਾਲ-ਨਾਲ ਸਵੇਰੇ ਦੂਜੇ ਦੀ ਪੜੋ ਹੂੰ ਵੀ ਉਹਦੇ ਥੋੜੇ ਨਾਲ ਕੀ ਬੱਖ ਲਿਖਿਆ ਤੇ ਦੋਨਾਂ ਦੇ ਵਿੱਚ ਅੰਤਰ ਕੀ ਹੈ ਉਹ ਚੀਜ਼ ਇੰਨਾ ਚ ਇਹਨਾਂ ਨੇ ਕਾਡਰ ਤਾਂ ਪਰਾਇਆ ਨਹੀਂ ਤੇ ਸਿੱਧੇ ਮੱਲਾ ਮਾਰਨ ਵਾਲੇ ਪਾਸੇ ਤੁਰ ਪੇ ਉਹ ਬਹਲਾ ਇਤਰ ਚੱਲਦਾ ਨਹੀਂ ਹੁੰਦਾ ਹੁਣ ਵੀ ਜੇ ਇਹਨਾਂ ਨੇ 27 ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨਾ ਤਾਂ ਇਹਨਾਂ ਨੂੰ ਕਾਡਰ ਵੇਸ ਪਾਰਟੀ ਪਹਿਲਾਂ ਖੜੀ ਕਰਨੀ ਪਵੇਗੀ ਜੀ ਤੇ ਟਲਸਵ ਅਗਲੀ ਖਬਰ ਦਾ ਰੁਕ ਕਰਦੇ ਹਾਂ ਜੀ ਅਗਲੀ ਖਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਬਜਟ ਪਾਸ ਕੀਤਾ ਇਸ ਬਜਟ ਦੇ ਵਿੱਚ ਪਿਛਲੇ ਸਾਲ ਨਾਲੋਂ ਵਾਧਾ ਵੀ ਹੋਇਆ ਹੈ ਕਈ ਤਰ੍ਹਾਂ ਦੀਆਂ ਰਾਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਆ ਕਾਫੀ ਜਿਹੜਾ ਫੀਸ ਦੀ ਬਜਟ ਆ ਉਹ ਇਹਦੇ ਉੱਤੇ ਵੀ ਕੇਂਦਰਿਤ ਆ ਕਿ ਤਨਖਾਹਾਂ ਵੀ ਦੇਣੀਆਂ ਨੇ ਮੁਲਾਜ਼ਮਾਂ ਦੀਆਂ ਦੇਖੋ 1260 ਕਰੋੜ ਦਾ ਬਜਟ ਇਹਨਾਂ ਨੇ ਪੇਸ਼ ਕੀਤਾ ਹੂੰ ਜਿਹੜਾ ਪਿਛਲੇ ਸਾਲ ਨਾਲੋਂ ਵੱਧ ਆਉ ਤਾਂ ਫਰਕ ਇਹ ਵੀ ਪੈਂਦਾ ਕਿਉਂਕਿ ਗੁਰੂ ਘਰਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਸੰਗਤ ਤੇ ਬੜਾ ਨਿਰਭਰ ਕਰਦਾ ਕਿ ਸੰਗਤ ਕਿੰਨੀ ਹੁੰਦੀ ਹੈ ਜਿੰਨੀ ਸੰਗਤ ਵੱਧ ਆਊਗੀ ਉਨਾ ਚੜਾਵਾ ਉਹ ਵੱਧ ਹੈ ਖਰਚੇ ਵੀ ਵੱਧਦੇ ਆ ਸੋ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਮਤੇ ਵੀ ਪਾਏ ਨੇ ਇੱਕ ਮਤਾਂ ਉਹਦੇ ਵਿੱਚ ਇਹ ਵੀ ਹੈ ਕਿ ਡੇਰਾ ਮੁਖੀ ਗਰਵੀਤ ਰਾਮ ਰਹੀਮ ਤੇ ਉਹਦੀ ਮੂੰਹ ਬੋਲੀ ਧੀ ਪਤਾ ਨਹੀਂ ਉਹ ਅਸਲ ਦੇ ਵਿੱਚ ਹੈ ਕੀ ਦੁਨਾਂ ਦੀ ਹਰਾਸਤੀ ਗ੍ਰਫਤਾਰੀ ਕਰਕੇ ਪੁੱਛਗਛ ਕੀਤੀ ਜਾਵੇ ਇਸੇ ਤਰ੍ਹਾਂ ਇਹਨਾਂ ਨੇ ਸਿੱਖਿਆ ਦਾ ਬਜਟ ਵਧਾਉਣ ਦਾ ਯਤਨ ਕੀਤਾ ਤੇ ਧਰਮ ਪ੍ਰਚਾਰ ਵੀ ਕਹਿੰਦੇ ਅਸੀਂ ਪਹਿਲਾਂ ਦੇ ਮੁਕਾਬਲੇ ਵੱਧ ਕਰਾਂਗੇ ਔਰ ਆਮ ਤੌਰ ਤੇ 2019 ਚ ਤਾਲਜਾਮ ਲੱਗ ਗਿਆ ਸੀ ਕਿ 12-13 ਕਰੋੜ ਤੰਬੂ ਤੇ ਏਸੀਆਂ ਤੇ ਖਰਚ ਕਰਤਾ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਮਨਾਉਣ ਤੇ ਤੇ ਉਸ ਤੋਂ ਪਹਿਲਾਂ ਜਦੋਂ ਬੇਅਦਬੀਆਂ ਤੋਂ ਪਹਿਲਾਂ ਇੱਕ ਹੁਕਮਨਾਮਾ ਜਾਰੀ ਕਰਾਇਆ ਗਿਆ ਆ ਡੇਰੇ ਵਾਲੇ ਦੇ ਵਿਰੁੱਧ ਤੇ 90-99 ਲੱਖ ਰੁਪਇਆ ਗੁਰੂ ਦੀ ਗੋਲਕ ਦਾ ਲੋਕਾਂ ਦੇ ਵੱਲੋਂ ਸੰਗਤ ਵੱਲੋਂ ਕੀਤੇ ਗਏ ਚੜਾਵੇ ਦਾ ਉਹ ਇਹਨਾਂ ਨੇ ਉਹਦੇ ਤੇ ਖਰਚ ਕਰ ਦਿੱਤਾ ਸੀ ਜੀ ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਸਵਾਲ ਉੱਠਦੇ ਨੇ ਸੋ ਹੁਣ ਇਹਨਾਂ ਨੇ ਬਜਟ ਦੇ ਵਿੱਚ ਕੁਝ ਜਿਵੇਂ ਸਿੱਖਿਆ ਤੇ ਪ੍ਰਚਾਰ ਵਧਾਉਣ ਦਾ ਯਤਨ ਕੀਤਾ ਮੇਰੇ ਖਿਆਲ ਆ ਕਿ ਇਹ ਚੰਗੇ ਪਾਸੇ ਵੱਲ ਇੱਕ ਚੰਗਾ ਕਦਮ ਮੰਨਿਆ ਜਾ ਸਕਦਾ ਜੀ ਟਲੂ ਸਾਹਿਬ ਇੱਕ ਪਾਸੇ ਲੋਕ ਸਭਾ ਚੋਣਾਂ ਦੀ ਤਿਆਰੀ ਚੱਲ ਰਹੀ ਹੈ ਸਾਰੀਆਂ ਧਿਰਾਂ ਆਪਣੇ ਆਪਣੇ ਪੱਧਰ ਦੇ ਉੱਤੇ ਪ੍ਰਚਾਰ ਕਰ ਰਹੀਆਂ ਨੇ ਰੈਲੀਆਂ ਹੋ ਰਹੀਆਂ ਨੇ ਰੋਡ ਸ਼ੋਅ ਨਿਕਲ ਰਹੇ ਨੇ ਯਾਤਰਾਵਾਂ ਚੱਲ ਰਹੀਆਂ ਨੇ ਇਹ ਸਭ ਦੇ ਚੱਲਦਿਆਂ ਪੰਜਾਬ ਦੇ ਵਿੱਚ ਕੇਂਦਰੀ ਏਜੰਸੀਆਂ ਨੇ ਵੀ ਦਬਿਸ਼ ਦਿੱਤੀ ਹੈ ED NIA ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਕਈ ਤਰ੍ਹਾਂ ਦੇ ਦਸਤਾਵੇਜ਼ ਜਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਹਾਂ ਬਿਲਕੁਲ ਜੀ। ED ਨੇ ਬਹੁਤ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਕੀਤੀ ਹੈ। ED ਨੇ ਉਹਨਾਂ ਅਧਿਕਾਰੀਆਂ ਦੇ ਘਰਾਂ ਦੇ ਵਿੱਚ ਵੀ ਛਾਪਾ ਮਾਰਿਆ ਜਿਨ੍ਹਾਂ ਦਾ ਕਥਿਤ ਤੌਰ ਤੇ ਅਮਰੂਦ ਘਟਾਲੇ ਨਾਲ ਨਾਮ ਜੁੜਦੇ ਨੇ। ਇੜੀ ਫਰੋਜਪੁਰ ਗਈ ਬਠਿੰਡੇ ਗਈ ਪਟਿਆਲੇ ਆਈ ਮਹਾਲੀ ਤੇ ਚੰਡੀਗੜ੍ਹ ਦੇ ਵਿੱਚ ਵੀ ਗਈ ਬਹੁਤ سارے ਦਸਤਾਵੇਜ਼ ਮੰਗੇ ਇਕਾਈ ਐਸ ਦੀ ਕੋਠੀ ਦੇ ਪਿਛਲੇ ਪਾਸੇ ਕੁਝ ਪਾਟੇ ਹੋਏ ਦਸਤਾਵੇਜ਼ ਵੀ ਇੜੀ ਨੂੰ ਪ੍ਰਾਪਤ ਹੋਏ ਨੇ ਦੋ ਦਿਨ ਲਗਾਤਾਰ ਸਰਗਰਮੀ ਨਾਲ ਉਹਨਾਂ ਦੀ ਇੱਥੇ ਛਾਪੇਵਾਰੀ ਚੱਲਦੀ ਰਹੀ ਤੇ ਜਿਹੜਾ ਸ਼ਰਾਬ ਦਾ ਘਟਾਲਾ ਦਿੱਲੀ ਦੇ ਵਿੱਚ ਹੋਇਆ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਉਸ ਤੋਂ ਵੱਡਾ ਘਟਾਲਾ ਪੰਜਾਬ 'ਚਾ ਪਹੜਤਾਲ ਇਹਦੀ ਵੀ ਕੀਤੀ ਜਾਵੇ। ਸੋ ਐਸ ਵੇਲੇ ਅਸੀਂ ਕਾਫੀ ਅਜੀਬ ਸਥਿਤੀ ਵੱਲ ਇਹਨਾਂ ਨੂੰ ਦੇਖ ਰਹੇ ਹਾਂ ਕਿ ਵੱਡੇ ਵੱਡੇ ਘਟਾਲੇ ਉਹਨਾਂ ਲੋਕਾਂ ਦੇ ਨਾ ਜੁੜਦੇ ਨੇ ਜਿਨ੍ਹਾਂ ਨੂੰ ਇਹਦੀ ਰਾਖੀ ਵਾਸਤੇ ਬਿਠਾਇਆ ਗਿਆ ਇਹ ਚੀਜ਼ ਈੜੀ ਤਾਂ ਹੀ ਦਸਤਕ ਦਿੱਤੀ ਹੈ ਤੇ ਲੱਗਦਾ ਅਜੇ ਚੋਨਾ ਦਾ ਭਾਵੇਂ 2 ਮਹੀਨੇ ਪਏ ਨੇ ਇਹ ਈਡੀ ਦੇ ਛਾਪੇ ਮਾਰ ਗਿਆਂ ਇਸੇ ਤਰ੍ਹਾਂ ਲਗਾਤਾਰ ਜਾਂ ਹੋਰ ਏਜੰਸੀਆਂ ਦੀਆਂ ਚਲਦੀਆਂ ਨਜ਼ਰ ਆਉਣਗੀਆਂ ਜੀ ਟਲ ਸਾਹਿਬ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਕਾਫੀ ਪਖਿਆ ਹੋਇਆ ਹੈ ਤੇ ਕਈ ਤਰ੍ਹਾਂ ਤਾਂ ਇਹਨੂੰ ਚੋਣ ਮੁੱਦਾ ਵੀ ਬਣਾ ਰਹੀਆਂ ਨੇ ਲੋਕ ਸਭਾ ਦੀ ਸੀਟ ਸੰਗਰੂਰ ਵਾਲੀ ਕਾਫੀ ਮਹੱਤਵਪੂਰਨ ਮੰਨੀ ਜਾਂਦੀ ਹੈ ਭਗਵੰਤ ਮਾਨ ਉਸ ਸੀਟ ਦੇ ਉੱਤੇ ਜੇਤੂ ਰਹੇ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਉਸ ਸੀਟ ਦੇ ਉੱਤੇ ਹੁਣ ਪੂਰੇ ਹੱਕਦਾਰ ਬਣੇ ਬੈਠੇ ਸੀਗੇ ਤੇ ਹੁਣ ਚੋਣ ਹੋਣੀ ਹੈ ਵੱਡੇ ਦਾਵੇਦਾਰ ਉਸ ਸੀਟ ਦੇ ਉੱਤੇ ਦੁਬਾਰਾ ਫਿਰ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਤਾਂ ਸ਼ਰਾਬ ਦਾ ਜਿਹੜਾ ਮੁੱਦਾ ਹੈ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਉਹ ਕਾਫੀ ਚਰਚਾ ਦੇ ਵਿੱਚ ਹੈ ਤੇ ਹੁਣ ਚੋਣ ਕਮਿਸ਼ਨ ਨੇ ਵੀ ਇਸ ਮਾਮਲੇ ਦੀ ਰਿਪੋਰਟ ਮੰਗ ਲਈ ਹੈ ਚੋਣ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਸਖਤਰ ਅਨੁਰਾਗ ਬਰਮਾ ਹਮ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਜਾਦਵ ਸਾਹਿਬ ਤੋਂ ਇਹ ਰਿਪੋਰਟ ਮੰਗੀ ਹੈ ਜੀ ਕਿ ਸਾਨੂੰ ਇਹਦੀ ਸਾਰੀ ਡਿਟੇਲ ਦੇ ਵਿੱਚ ਦੱਸਿਆ ਜਾਵੇ ਹਮ ਸਭ ਸਾਰਿਆਂ ਨੂੰ ਪਤਾ ਹੈ ਇੱਕ ਪਿੰਡ ਹੈਗਾ ਗੁਜਰਾ ਜਿਹੜਾ ਕਿ ਦਰਵੇ ਦੇ ਬਿਲਕੁਲ ਨਾਲ ਹੈ ਜੀ ਕ ਆਪਕਾਰੀ ਤੇ ਵਿੱਤ ਮੰਤਰੀ ਹਰਪਾਲ ਸਚੀਮਾ ਦਾ ਇਲਾਕਾ ਹੈ ਜੀ ਦੂਜਾ ਪਿੰਡ ਹੈ ਜੀ ਰਬਦਾਸਪੁਰਾ ਤੇ ਟਿੱਬੀ ਇਸ ਨਾਮ ਦੇ ਕੋਲ ਨੇ ਉਥੇ ਤਕਰੀਬਨ ਤਕਰੀਬਨ ਸਾਰੀ ਪਾਰਟੀਆਂ ਦੇ ਆਗੂ ਜਾਏ ਨੇ ਮੁੱਖ ਮੰਤਰੀ ਵੀ ਜਾਏ ਨੇ ਕੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਦੀ ਵੀ ਉਸ ਇਲਾਕੇ 'ਚ ਫਿਰਦੇ ਸਨ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਜਾਏ ਇਹ ਸਾਰੇ ਦੇ ਸਾਰੇ ਉੱਥੇ ਗਏ ਨੇ ਲੇਕਿਨ ਚੋਣ ਕਮਿਸ਼ਨ ਨੇ ਇਹਦੀ ਰਿਪੋਰਟ ਮੰਗੀ ਹੈ ਜੀ ਸਾਨੂੰ ਇਹਦੇ ਵਿੱਚ ਵਿਸਥਾਰ ਚ ਦਿਓ ਤੇ ਸਾਨੂੰ ਪਤਾ ਹੈ ਕਿ ਦੋ ਦਰਜਨ ਦੇ ਨੇੜੇ ਤੇੜੇ ਜਾ ਕੇ ਇੱਥੇ ਮੌਤਾਂ ਹੋਈਆਂ ਨੇ ਜਿਹੜੀਆਂ ਬਹੁਤ ਘਾਤਕ ਐ ਖਤਰਨਾਕ ਐ ਸੋ ਪਹਿਲਾਂ ਵੀ ਹੋਈਆਂ ਪਹਿਲਾਂ ਦੂਜੇ ਅਸਤੀਫਾ ਮੰਗਦੇ ਸੀ ਹੁਣ ਦੂਜੇ ਜਿਹੜੇ ਨੇ ਮੌਜੂਦਾ ਵਾਲਿਆਂ ਤੋਂ ਅਸਤੀਫੇ ਮੰਗਦੇ ਨੇ ਪਰ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਕਿ ਟਰਾਂਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਮੇਰੇ ਖਿਆਲ ਮੁੱਖ ਮੰਤਰੀ ਸਾਹਿਬ ਨੂੰ ਆਪਦੀ ਜਿਹੜੀ ਇਹ ਸੁਰੱਖਿਆ ਟੀਮਾਂ ਤੇ ਦੂਜੀਆਂ ਏਜੰਸੀਆਂ ਨੇ ਇਹਨਾਂ ਦੀ ਥੋੜੀ ਜੀ ਬਾਗਡੋਰ ਚਾਬੀ ਕੱਸ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਕੋਈ ਹੋਰ ਅਜਿਹੀ ਘਟਨਾ ਨਾ ਵਾਪਰੇ ਸਾਡੇ ਆਮ ਤੌਰ ਤੇ ਆ ਕੇ ਸੱਪ ਨਿਕਲ ਜਾਂਦਾ ਮੁੜ ਕੇ ਲਕੀਰਾਂ ਕੁੱਟੀ ਜਾਂਦੇ ਹੈ ਪਹਿਲਾਂ ਅਗਾਊਂ ਪ੍ਰਬੰਧ ਨਹੀਂ ਕੀਤੇ ਜਾਂਦੇ ਜੀ ਤਲ ਸਾਹਿਬ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਦੇ ਘਰ ਬੇਟੀ ਨੇ ਜਨਮ ਲਿਆ ਡਾਕਟਰ ਗੁਰਪ੍ਰੀਤ ਕੌਰ ਹੁਰਾਂ ਨੇ ਉਸ ਬੇਟੀ ਨੂੰ ਜਨਮ ਦਿੱਤਾ ਹੈ ਤਾਂ ਕਾਫੀ ਖੁਸ਼ ਨਜ਼ਰ ਆਏ ਵਧਾਈਆਂ ਦੇਣ ਦਾ سلسلہ ਵੀ ਚੱਲਦਾ ਰਿਹਾ ਕੇਜਰੀਵਾਲ ਸਾਹਿਬ ਨੇ ਏਡੀ ਦੀ ਹਿਰਾਸਤ ਦੇ ਵਿੱਚੋਂ ਵੀ ਵਧਾਈ ਦਾ ਸੰਦੇਸ਼ ਭੇਜ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਬੇਟੀ ਦਾ ਨਾਮਕਰਨ ਹੋ ਗਿਆ ਤੇ ਇਸ ਤੋਂ ਇਲਾਵਾ ਡਾਕਟਰਾਂ ਦੀ ਇੱਕ ਟੀਮ ਵੀ ਸਾਹਮਣੇ ਆਈ ਉਸ ਟੀਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਨੇ ਸਾਨੂੰ ਜ਼ਿਆਦਾ ਤੰਗ ਪਰੇਸ਼ਾਨੀ ਨਹੀਂ ਕੀਤਾ ਕਹਿੰਦੇ ਕਈ ਵਾਰ ਹੁੰਦਾ ਹੈ ਨਾ ਕਿ بار-ਬਾਰ ਆਉਂਦਾ ਬੰਦਾ ਤਾਂ ਨਾਲ ਸਿਕਿਉਰਿਟੀ ਵੀ ਆਉਂਦੀ ਆ ਹਸਪਤਾਲ ਦਾ ਮਾਹੌਲ ਖਰਾਬ ਹੁੰਦਾ ਲੋਕ ਡਰ ਜਾਂਦੇ ਨੇ ਸਹਿਮ ਜਾਂਦੇ ਨੇ ਜਾਂ ਫਿਰ ਉਹ ਸਹੂਲਤਾਂ ਰੋਕ ਦਿੱਤੀਆਂ ਜਾਂਦੀਆਂ ਨੇ ਕਿ ਸੀਐਮ ਸਾਹਿਬ ਨੇ ਆਉਣਾ ਕਹਿੰਦੇ ਉਹ ਸਿਰਫ ਫੋਨ ਦੇ ਉੱਤੇ ਰਾਬਤਾ ਕਾਇਮ ਰਹਿੰਦਾ ਸੀਗਾ ਬਹੁਤ ਘੱਟ ਕਹਿੰਦੇ ਆਏ ਨੇ ਸਾਰਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਸੀ ਉਸ ਦੇ ਦੌਰਾਨ ਇਹ ਚੰਗੀ ਗੱਲ ਹੈਗੀ ਆਮ ਤੌਰ ਤੇ ਦੇਖਿਆ ਕਿ ਜੇ ਵੀ ਵੀ ਆਈਪੀ ਆ ਜਾਣ ਹੂੰ ਸ਼ਾਇਦ ਮੁੱਖ ਮੰਤਰੀ ਸਾਹਿਬ ਆਪ ਦੀ ਉਹ ਵੀਡੀਓ ਯਾਦ ਕਰ ਲਈ ਹੋਵੇ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਕੂਲਾਂ ਦੇ ਉੱਤੇ ਬੱਚਿਆਂ ਦੇ ਨਾ ਸਿਰ ਤੇ ਲਾਲ ਬੱਤੀਆਂ ਲੱਗੀਆਂ ਹੋਣਗੀਆਂ ਤਾਂ ਕਿ ਦੂਰੋਂ ਹੀ ਪਤਾ ਲੱਗ ਜੇ ਵੀਆਈਪੀ ਬੱਚੇ ਆ ਰਹੇ ਨੇ ਚੱਗੀ ਗੱਲ ਹੈ ਜੇ ਉਹਨਾਂ ਨੇ ਇਹ ਪਰਤ ਪਾਈ ਹੈ ਇੱਕ ਪਰਤ ਹੋਰ ਪਾ ਦਿੰਦੇ ਜਿਹੜੇ ਜ਼ਿਲ੍ਹਾ ਪੱਤਰੀ ਤੇ ਆਪਣੇ ਹਸਪਤਾਲ ਬਣਾਏ ਨੇ ਮhalla clinic ਤੇ ਜਾਂ ਦੂਜੇ ਜਿਹੜੇ ਨੇ ਛੱਡੀਗੜ ਦੇ ਵਿੱਚ ਵੀ ਬੱਤੀ ਚ ਸਰਟੀਫਿਕੇਟ ਹਸਪਤਾਲ ਉਸ ਕਿਸਮ ਦਾ ਹੈ ਆ ਜਲਾ ਪੱਦਰ ਦੇ ਉੱਤੇ ਵੀ ਹੈ ਜੇ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਤਾਂ ਦੂਜੇ ਲੋਕ ਵੀ ਇਹ ਕਹਿੰਦੇ ਕਿ ਯਾਰ ਸਾਡੇ ਸਿਹਤ ਕੇਂਦਰ ਕਾਫੀ ਵਧੀਆ ਪੈਦਾ ਹੋ ਗਏ ਨੇ ਇਸੇ ਕਰਕੇ ਮੁੱਖ ਮੰਤਰੀ ਨੇ ਆਪਣੇ ਸਿਹਤ ਕੇਂਦਰ ਦੇ ਵਿੱਚ ਆਪਣੀ ਘਰ ਵਾਲੀ ਦਾ ਜਰੇਪਾ ਕਰਵਾਇਆ ਜੀ ਡਾ ਸਾਹਿਬ ਹੋਲਾ ਮਹੱਲਾ ਸਰਦਾ ਉਸਤਾ ਦੇ ਨਾਮ ਨਾਲ ਬਣਾਇਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਜਿਹੜੇ ਕਰਤਬ ਦਿਖਾਏ ਗਏ ਉਹ ਕਾਫੀ ਕੁਝ ਦੇਖਣ ਨੂੰ ਮਿਲਿਆ ਰੰਗ ਦੇ ਵਿੱਚ ਰੰਗੀਆਂ ਨਜ਼ਰ ਆਈ ਸੰਗਤ ਕਈ ਤਰ੍ਹਾਂ ਦੇ ਹਾਲਤ ਸੇ ਵੀ ਇਸ ਦੌਰਾਨ ਵਾਪਰ ਗਏ ਟਰਾਲੀਆਂ ਵਗੈਰਾ ਕਿਤੇ ਨਾ ਕਿਤੇ ਟਕਰਾ ਗਈਆਂ ਤਾਂ ਕੁੱਲ ਮਿਲਾ ਕੇ ਕਾਫੀ ਕੁਝ ਸਮੀਟਦਾ ਹੋਇਆ ਹੋਲਾ ਮਹੱਲਾ ਸਮਾਪਤ ਹੋ ਗਿਆ ਦੇਖੋ ਗੁਰੂ ਸਾਹਿਬ ਨੇ ਸਾਨੂੰ ਲੋਕ ਜਦੋਂ ਹੋਲੀ ਵੱਡੇ ਪੱਧਰ ਦੇ ਉੱਤੇ ਮਨਾਉਂਦੇ ਸੀ ਹਮ ਹੈ ਤਾਂ ਇੱਕ ਦੂਜੇ ਨਾਲ ਖੁਸ਼ੀਆਂ ਵੰਟਾਉਂਦਾ ਪਰ ਕਈ ਇਸ ਤਿਹਾਰ ਦੇ ਉੱਤੇ ਬੜੀਆਂ ਹੁੱਲੜਬਾਜ਼ੀਆਂ ਹਮ ਨਸ਼ੇ ਦਾ ਸੇਵਨ ਇਹ ਸਾਰਾ ਕੁਝ ਕਰਦੇ ਆ ਸ਼ਾਇਦ ਜਦੋਂ ਇਹ ਸ਼ੁਰੂ ਹੋਈ ਸੀ ਉਦੋਂ ਇਹ ਨਾ ਹੋਵੇ ਹੂੰ ਤੇ ਗੁਰੂ ਸਾਹਿਬ ਨੇ ਫਿਰ ਕਿਹਾ ਸੀ ਕਿ ਔਰੰਗਜ਼ੇਬ ਦੀ ਹੌਲੀ ਮਮ ਹੋੜਾ ਵਿਰਕ ਹਲਤਾ ਹੁਲਾ ਕਰੇਗਾ ਇਹਦੇ ਦੌਰਾਨ ਉਹਨਾਂ ਨੇ ਆਪਣੇ ਖਾਲਸੇ ਨੂੰ ਗੱਤਕਾ ਸਿਖਾਇਆ ਸਵੈ ਰੱਖਿਆ ਦਾ ਜਿਹੜਾ ਪਾਠ ਹੈ ਉਹ ਪੜ੍ਹਾਇਆ ਹੂੰ ਤੇ ਨੰਗ ਸਿੰਘ ਜਥੇਬੰਦੀਆਂ ਇਸ ਦਿਨ ਕਾਫੀ ਵੱਡੇ ਪੱਧਰ ਦੇ ਉੱਤੇ ਤੁਸੀਂ ਦੇਖਦੇ ਹੋ ਕਰਤੱਪ ਦਿਖਾਉਂਦਗਾ ਨੇ ਤੇ ਹੋਲਾ ਮੱਲੇ ਦੇ ਉੱਤੇ ਮੱਲਾ ਨਗਰ ਕੀਰਤਨ ਦੇ ਰੂਪ ਵਿੱਚ ਵੀ ਕੱਢਿਆ ਜਾਂਦਾ ਹੈ ਔਰ ਸਿੰਘ ਸਾਹਿਬ ਗਿਆਨੀ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਰਗਵੀਰ ਸਿੰਘ ਜਾਂ ਇਥੋਲੇ ਗਿਆਨੀ ਸੁਲਤਾਨ ਸਿੰਘ ਆਪੋ ਆਪਣੇ ਸੰਦੇਸ਼ ਦਿੱਤੇ ਸੋ ਹੋਲਾ ਮੱਲਾ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਸਿੱਖ ਸ਼ਰਧਾਲੂ ਬਹੁਤ ਸ਼ਰਧਾ ਨਾਲ ਬਣਾਉਂਦੇ ਆ ਅਸੀਂ ਇਹੀ ਕਹਾਂਗੇ ਕਿ ਜਿਹੜੀਆਂ ਇਸ ਵਾਰ ਕੋਈ ਗਲਤੀਆਂ ਕੁਝ ਹੋ ਗਈਆਂ ਭਵਿੱਖ ਦੇ ਵਿੱਚ ਉਹਨਾਂ 'ਚ ਸੁਧਾਰ ਕੀਤਾ ਜਾਵੇ ਨਾ ਕੋ ਟਰਾਲੀ ਪਿੜੇ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਅਜੀਹੀ ਘਟਨਾ ਦੇਖਣ ਨੂੰ ਮਿਲੇ ਜਿਹੜੀ ਮਨ ਨੂੰ ਚੰਗੀ ਨਾ ਲੱਗਦੀ ਹੋਵੇ ਜੀ ਤੁਹਾਨੂੰ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵਕ ਵਕ ਮੁੱਦੇ ਦਾ ਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨ ਤੁਸੀਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਹੋਰ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ